गुड मॉर्निंग एवरीवन, सत श्री अकाल, आदाब। अज असी फिर तुहाडे सामने हाजिर होए। अज असी NMMS दे अंडर ब्लड रिलेशंस टाइप 3 करनी हैगी है, जिंदा पार्ट 2 है की ये चीज। आओ देखते हैं। ता अज असी जेडी मेंटल एबिलिटी दा ब्लड रिलेशंस टाइप 3 पार्ट 2 करना है गया, उन्दे च एक डिफरेंट फॉर्म ऑफ क्वेश्चंस करनी है। मतलब सब पार्ट है कल वाले क्वेश्चन दा। कल आपा जेडी वीडियो कीती सी उन्दे च आपा टाइप 3 च जेडे फॉर्म ऑफ क्वेश्चंस कीते सी उन्दे विच असी देखिया सी कि जेडे रिश्ते दित्ते है वो ABCDPQRS दे नां ते दित्ते है। नाम नहीं दिता, ए बी दा भराव है, ए सी दी चाची है, एवें दस्या होया। हुन अज भी उस फॉर्म च एक होर तरह के क्वेश्चन करांगे जिंदे विच दस्या होया कि ए प्लस बी दा मतलब की है, ए माइनस बी दा मतलब की है, मतलब प्लस माइनस मल्टीप्लाई डिवाइड नाल रिश्ते समझाए गए है। ते अपना तरीका करन दा ओही होगा, ऑप्शंस दित्तियां होनगियां, उन्हां चो आंसर आपां लभना होगा। ठीक है जी, तब बिना देर किते आओ देखते हैं। देखो तुहाडे सामने पहला क्वेश्चन लिखिया है, ए प्लस बी मीन्स ए इज ब्रदर ऑफ बी। कहिंदा जदो क्वेश्चन विच दो अल्फाबेट्स दे विचकार प्लस दा साइन आया तो उत्थे मतलब होगा जेड़ा पहला दूजे दा की है ब्रदर यानी कि भरा। ए माइनस बी मीन्स ए इज मदर ऑफ बी। हुण इत्थे ए ते बी इक जनरल तुहानू एग्जाम्पल दित्ती है कि जिस क्वेश्चन विच दो रिश्तियां विच या दो नामां विच माइनस दा साइन होगा उत्थे मतलब होगा कि ए जेड़ा हैगा उह बी दी की है माम मदर। अगे ए मल्टीप्लाई बी मीन्स ए इज सिस्टर ऑफ बी। ਤਾਂ ਜਦੋਂ ਦੋ ਨਾਮਾਂ ਵਿਚਕਾਰ ਗੁਣਾ ਦਾ ਨਿਸ਼ਾਨ ਹੋਊਗਾ ਤਾਂ ਇਸ ਦਾ ਮਤਲਬ ਹੈ ਕਿ A ਜਿਹੜੀ ਹੈ ਉਹ B ਦੀ ਕੀ ਹੈ ਭੈਣ। ਠੀਕ ਹੈ ਜੀ, ਹੁਣ ਕੁਐਸਚਨ ਕੀ ਹੈ, ਵਿਚ ਆਫ ਦਾ ਫੋਲੋਇੰਗ ਮੀਨਸ A ਇਸ ਮੈਟਰਨਲ ਅੰਕਲ ਆਫ B। ਆਪਸ਼ਨਸ ਦਿੱਤੀਆਂ ਹੋਈਆਂ, ਕਹਿੰਦਾ ਇਹਨਾਂ ਵਿੱਚੋਂ ਕਿਹੜਾ ਸੰਬੰਧ ਹੈ ਜਿਹੜਾ ਆਪਾਂ ਨੂੰ ਦੱਸਦਾ ਹੈਗਾ ਕਿ A ਇਸ ਮੈਟਰਨਲ ਅੰਕਲ ਆਫ B, A B ਦਾ ਮਾਮਾ ਹੈ, ਕਿਹੜੇ ਰਿਸ਼ਤਿਆਂ ਤੋਂ ਬੰਦ ਹੈ। ਤਾਂ ਆਓ ਸ਼ੁਰੂ ਕਰੀਏ। ਪਹਿਲਾਂ ਮੈਂ ਪਹਿਲਾਂ ਦੇਖਦੀ ਹਾਂ। ਦੇਖੋ ਪਹਿਲਾਂ ਆਪਣੇ ਕੋਲ ਹੈਗਾ ਪਹਿਲੀ ਆਪਸ਼ਨ A ਪਲੱਸ C ਪਲੱਸ B ਹੈ। ਹੁਣ A ਪਲੱਸ C ਪਹਿਲਾਂ ਆਹ ਦੋ ਲਈਏ। ਪਲੱਸ ਦਾ ਮਤਲਬ ਕੀ ਸੀ ਕਿ ਪਹਿਲਾ ਦੂਜੇ ਦਾ ਕੀ ਹੈ ਭਰਾ। ਤਾਂ A C ਦਾ ਕੀ ਹੋ ਗਿਆ, ਭਰਾ ਹੋ ਗਿਆ, ਬ੍ਰੋ ਹੋ ਗਿਆ। ਠੀਕ ਹੈ ਜੀ, ਉਸ ਤੋਂ ਬਾਅਦ C B ਦਾ ਕੀ ਹੋ ਗਿਆ, ਫੇਰ ਵਿੱਚ ਪਲੱਸ ਹੈ, ਪਲੱਸ ਦਾ ਮਤਲਬ ਭਰਾ ਹੈ, C B ਦਾ ਵੀ ਕੀ ਹੋ ਗਿਆ ਭਰਾ। ਤਾਂ ਫਿਰ ਇਹ ਤਿੰਨੋਂ ਕੀ ਹੋ ਗਏ, ਭਰਾ ਹੋ ਗਏ। ਤਾਂ ਇੱਥੋਂ A B ਦਾ ਮਾਮਾ ਨਹੀਂ ਬਣਿਆ, A B ਦਾ ਭਰਾ ਬਣਿਆ। ਤਾਂ ਫਿਰ ਪਹਿਲੀ ਆਪਸ਼ਨ ਇਹਦਾ ਆਨਸਰ ਨਹੀਂ ਹੈ। ਆਪਾਂ ਦੱਸਦੇ ਕਿ ਇਹਨਾਂ ਚੋਂ ਕਿਹੜੀ ਆਪਸ਼ਨ ਹੈ ਜਿਹੜੀ ਕਹਿੰਦੀ ਹੈ ਕਿ A B ਦਾ ਮਾਮਾ ਹੈ। ਮੈਟਰਨਲ ਅੰਕਲ ਦਾ ਮਤਲਬ ਕੀ ਹੁੰਦਾ ਹੈ ਮਾਮਾ। ਹੁਣ ਪਹਿਲੀ ਆਪਸ਼ਨ ਬਾਹਰ ਹੋ ਗਈ, ਦੂਜੀ ਤੇ ਤੀਜੀ ਹੈ, ਚੌਥੀ ਤਾਂ ਫਿਰ ਜੇ ਇਹਨਾਂ ਚ ਨਹੀਂ ਹੋਊਗਾ ਤਾਂ ਆਨਸਰ ਕੀ ਹੋਊਗਾ, ਨਾ। ਹੁਣ ਆਪਾਂ ਦੂਜੀ ਦੇਖੀਏ, A ਮਾਈਨਸ B ਪਲੱਸ C। ਪਹਿਲਾਂ A ਮਾਈਨਸ B ਲਈਏ, A ਮਾਈਨਸ B ਦਾ ਮਤਲਬ ਕੀ ਹੈ ਕਿ A ਇਜ਼ ਮਦਰ ਆਫ B, ਯਾਨੀ ਕਿ A B ਦੀ ਕੀ ਹੈ ਮਦਰ। ਠੀਕ ਹੈ ਜੀ, ਯਾਨੀ ਕਿ B A ਦਾ ਕੀ ਹੈ ਬੱਚਾ, A B ਦੀ ਕੀ ਹੈ ਮਦਰ ਹੈ। ਠੀਕ ਹੈ ਜੀ, ਯਾਨੀ ਕਿ B A ਦਾ ਬੱਚਾ, ਕਿਉਂਕਿ ਮਾਈਨਸ ਦੇ ਰਿਸ਼ਤੇ ਨੂੰ ਐਵੇਂ ਦੱਸਿਆ ਗਿਆ। ਅੱਗੇ ਹੁਣ ਦੇਖਿਆ B ਪਲੱਸ C, B C ਦਾ ਕੀ ਹੈ ਪਲੱਸ ਦਾ ਮਤਲਬ ਕੀ ਹੈ ਭਰਾ, ਤੇ B C ਦਾ ਕੀ ਹੈ ਭਰਾਵ, ਹਨਾ। ਹੁਣ ਆਪਾਂ A ਤੇ B ਦਾ ਰਿਸ਼ਤਾ ਦੱਸਣਾ, ਤੇ ਇੱਥੇ ਤਾਂ ਸਾਫ ਹੀ ਪਤਾ ਕਿ A B ਦੀ ਮਾਂ ਹੈ, A B ਦੀ ਮਾਮਾ ਨਹੀਂ ਹੋਇਆ, ਤਾਂ ਇਹ ਵੀ ਆਪਸ਼ਨ ਗਲਤ ਹੋ ਗਈ। ਹੁਣ ਤੀਜੀ ਆਪਸ਼ਨ A ਪਲੱਸ C ਮਾਈਨਸ B, ਆਹ ਦੇਖੀਏ। ਹੁਣ ਦੇਖੋ ਤੀਜੀ ਆਪਸ਼ਨ A ਪਲੱਸ C ਮਾਈਨਸ B। ਪਹਿਲਾਂ A ਪਲੱਸ C ਦਾ ਦੇਖੀਏ, ਪਲੱਸ ਦਾ ਮਤਲਬ ਕਿ ਪਹਿਲਾ ਦੂਜੇ ਦਾ ਕੀ ਹੈ ਭਰਾ, ਯਾਨੀ ਕਿ A C ਦਾ ਕੀ ਹੋ ਗਿਆ ਬ੍ਰੋ ਹੋ ਗਿਆ ਭਰਾ। ਅੱਗੇ C ਮਾਈਨਸ B ਹੈ, ਤਾਂ C ਤੇ B ਦੇ ਵਿੱਚ ਕੀ ਰਿਸ਼ਤਾ ਹੈ, ਮਾਈਨਸ ਦਾ ਮਤਲਬ ਹੈ ਕਿ ਪਹਿਲਾ ਦੂਜੇ ਦੀ ਕੀ ਹੈ ਮਾਂ, ਯਾਨੀ ਕਿ C B ਦੀ ਕੀ ਹੈ ਮਾਂ, ਯਾਨੀ ਕਿ B C ਦਾ ਕੀ ਹੋ ਗਿਆ ਬੱਚਾ।
ਹੁਣ ਦੇਖੋ ਏ ਤੇ ਸੀ ਏ ਸੀ ਦਾ ਭਰਾ ਹੈ ਯਾਨੀ ਕਿ ਦੋਵੇਂ ਭੈਣ ਭਰਾ ਹੋ ਗਏ ਸੀ ਬੀ ਦੀ ਕੀ ਹੈ ਮਾਂ ਤੇ ਹੁਣ ਬੀ ਸੀ ਦਾ ਕੀ ਹੋ ਗਿਆ ਬੱਚਾ ਤਾਂ ਬੀ ਲਈ ਮਾਂ ਦਾ ਭਰਾ ਮਾਮਾ ਹੀ ਹੋਇਆ ਤਾਂ ਇਸ ਦਾ ਮਤਲਬ ਏ ਬੀ ਦਾ ਕੀ ਹੋ ਗਿਆ ਮਾਮਾ ਕਿਉਂਕਿ ਸੀ ਮਾਂ ਹੈ ਮਾਂ ਦਾ ਭਰਾ ਏ ਮਾਮਾ ਹੋਇਆ ਤਾਂ ਫਿਰ ਆ ਰਿਸ਼ਤਾ ਆਂਸਰ ਆਪਣਾ ਬਿਲਕੁਲ ਸਹੀ ਹੈ ਸੀ ਆਪਸ਼ਨ ਜਿੱਥੇ ਆਪਾਂ ਨੂੰ ਇਹ ਦੱਸ ਰਿਹਾ ਕਿ ਏ ਬੀ ਦਾ ਕੀ ਹੈ ਮਾਮਾ ਤਾਂ ਇਹ ਏ ਬੀ ਦਾ ਮਾਮਾ ਵਾਲੀ ਗੱਲ ਕਿਹੜੇ ਰਿਸ਼ਤਿਆਂ ਤੋਂ ਪਤਾ ਚੱਲ ਰਹੀ ਹੈ ਏ ਪਲੱਸ ਸੀ ਮਾਈਨਸ ਬੀ ਆਪਸ਼ਨ ਨੰਬਰ ਸੀ ਤੋਂ ਠੀਕ ਹੈ ਜੀ ਸਮਝ ਲੱਗੀ ਇਹ ਫਾਰਮ ਆਫ ਕੁਐਸਚਨਸ ਥੋੜੀ ਜਿਹੀ ਡਿਫਰੈਂਟ ਹੈ ਧਿਆਨ ਨਾਲ ਪ੍ਰੈਜੈਂਸ ਆਫ ਮਾਈਂਡ ਚਾਹੀਦੀ ਹੈ ਤਾਂ ਇਹ ਕੁਐਸਚਨਸ ਚੰਗੀ ਤਰ੍ਹਾਂ ਹੋਣਗੇ ਆਓ ਅਗਲਾ ਕੁਐਸਚਨ ਦੇਖੀਏ ਅਗਲਾ ਕੁਐਸਚਨ ਹੈ ਕਹਿੰਦੇ ਐਮ ਇਜ਼ ਅ ਬ੍ਰਦਰ ਆਫ ਐਨ ਐਮ ਐਨ ਦਾ ਭਰਾ ਹੈ ਬੀ ਇਜ਼ ਅ ਬ੍ਰਦਰ ਆਫ ਐਨ ਬੀ ਐਨ ਦਾ ਭਰਾ ਹੈ ਐਮ ਇਜ਼ ਬ੍ਰਦਰ ਆਫ ਡੀ ਐਮ ਡੀ ਦਾ ਵੀ ਭਰਾ ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਟਰੂ ਕਹਿੰਦਾ ਇਹਨਾਂ ਚਾਰਾਂ ਚੋਂ ਕਿਹੜੀ ਗੱਲ ਸਹੀ ਹੈ ਹੁਣ ਪਹਿਲਾਂ ਆਪਾਂ ਆਪਣਾ ਰਿਸ਼ਤਿਆਂ ਦਾ ਟ੍ਰੀ ਬਣਾਈਏ ਫੈਮਿਲੀ ਟ੍ਰੀ ਬਣਾਈਏ ਜਿੰਨੀ ਕਿ ਇਨਫੋਰਮੇਸ਼ਨ ਦਿੱਤੀ ਹੈ ਫਿਰ ਆਪਾਂ ਦੇਖਾਂਗੇ ਐਮ ਇਜ਼ ਬ੍ਰਦਰ ਆਫ ਐਨ ਕਹਿੰਦਾ ਐਮ ਤੇ ਐਨ ਕੀ ਹੈ ਦੋਵੇਂ ਭਰਾ ਹੈ ਮਤਲਬ ਐਮ ਐਨ ਦਾ ਭਰਾ ਠੀਕ ਹੈ ਜੀ ਬੀ ਇਜ਼ ਬ੍ਰਦਰ ਆਫ ਐਨ ਹੁਣ ਕਹਿੰਦਾ ਐਨ ਦਾ ਅੱਗੇ ਇੱਕ ਭਰਾ ਹੋਰ ਹੈ ਕੌਣ ਬੀ ਐਨ ਭੈਣ ਹੈ ਮੁੰਡਾ ਕਿ ਕੁੜੀ ਇਹ ਨਹੀਂ ਹਲੇ ਪਤਾ ਚੱਲਿਆ ਹੁਣ ਬੀ ਵੀ ਐਨ ਦਾ ਭਰਾ ਹੈ ਐਮ ਵੀ ਐਨ ਦਾ ਭਰਾ ਹੈ ਅੱਗੇ ਐਮ ਇਜ਼ ਬ੍ਰਦਰ ਆਫ ਡੀ ਕਹਿੰਦਾ ਐਮ ਡੀ ਦਾ ਵੀ ਭਰਾ ਹੈ ਯਾਨੀ ਕਿ ਐਮ ਡੀ ਦਾ ਵੀ ਭਰਾ ਹੈ ਐਮ ਐਨ ਦਾ ਵੀ ਭਰਾ ਹੈ ਠੀਕ ਹੈ ਜੀ ਅੱਗੇ ਬੀ ਐਨ ਦਾ ਵੀ ਭਰਾ ਹੈ ਹੁਣ ਐਮ ਤੇ ਬੀ ਵਾਲੇ ਦਾ ਪਤਾ ਚੱਲ ਗਿਆ ਕਿ ਇਹ ਦੋਵੇਂ ਮੁੰਡੇ ਆ ਕਿਉਂਕਿ ਭਰਾ ਹੈ ਲੇਕਿਨ ਡੀ ਤੇ ਐਨ ਮੁੰਡੇ ਹੈ ਕਿ ਕੁੜੀ ਇਹ ਪਤਾ ਨਹੀਂ ਚੱਲਿਆ ਹੁਣ ਆਪਸ਼ਨਸ ਕੀ ਦਿੱਤੀਆਂ ਦੇਖੀਏ ਐਨ ਇਜ਼ ਅ ਬ੍ਰਦਰ ਆਫ ਬੀ ਕਹਿੰਦਾ ਐਨ ਬੀ ਦਾ ਬ੍ਰਦਰ ਹੋ ਸਕਦਾ ਨਹੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਉਹਦੇ ਚੋਂ ਆਪਾਂ ਨੂੰ ਇਹ ਪੱਕਾ ਨਹੀਂ ਹੋ ਰਿਹਾ ਕਿ ਐਨ ਬੀ ਦਾ ਬ੍ਰਦਰ ਬੀ ਐਨ ਦਾ ਬ੍ਰਦਰ ਹੈਗਾ ਉਵੇਂ ਐਮ ਐਨ ਦਾ ਬ੍ਰਦਰ ਹੈਗਾ ਪਰ ਇਹ ਦੋਵਾਂ ਤੋਂ ਇਹ ਨਹੀਂ ਪਤਾ ਚੱਲ ਰਿਹਾ ਕਿ ਐਨ ਮੁੰਡਾ ਕਿ ਕੁੜੀ ਜੇ ਮੁੰਡਾ ਹੁੰਦਾ ਫਿਰ ਆਪਾਂ ਕਹਿ ਦਿੰਦੇ ਕਿ ਐਨ ਬੀ ਦਾ ਬ੍ਰਦਰ ਹੈਗਾ ਪਰ ਹੁਣ ਇਨਫੋਰਮੇਸ਼ਨ ਇੰਨੀ ਨਹੀਂ ਦਿੱਤੀ ਜਿਹਨਾਂ ਨਾਲ ਆਪਾਂ ਇਹ ਕਹਿ ਸਕੀਏ ਕਿ ਐਨ ਮੁੰਡਾ ਕਿ ਕੁੜੀ ਇਸ ਕਰਕੇ ਪਹਿਲੀ ਆਪਸ਼ਨ ਗਲਤ ਹੈ ਕਿ ਐਨ ਇਜ਼ ਬ੍ਰਦਰ ਆਫ ਬੀ ਦੂਜਾ ਐਨ ਇਜ਼ ਬ੍ਰਦਰ ਆਫ ਡੀ ਐਨ ਡੀ ਦਾ ਬ੍ਰਦਰ ਹੋ ਸਕਦਾ ਉਹੀ ਗੱਲ ਪਹਿਲੀ ਵਾਲੀ ਕਿ ਐਨ ਬਾਰੇ ਮੁੰਡਾ ਕੁੜੀ ਬਾਰੇ ਆਪਾਂ ਨੂੰ ਨਹੀਂ ਪਤਾ ਇਸ ਕਰਕੇ ਡੀ ਦਾ ਬ੍ਰਦਰ ਹੋ ਸਕਦਾ ਬੀ ਦਾ ਬ੍ਰਦਰ ਹੋ ਸਕਦਾ ਇਹ ਆਪਾਂ ਨਹੀਂ ਕਹਿ ਸਕਦੇ ਤਾਂ ਇਸ ਦਾ ਮਤਲਬ ਇਹ ਆਪਸ਼ਨ ਨਹੀਂ ਹੋ ਸਕਦੀ ਜਿਹੜੀ ਹੋ ਸਕਦੀ ਹੈ ਜਿੰਨੀ ਕੁ ਆਪਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਉਹਦੇ ਚੋਂ ਜਿਹੜੀ ਗੱਲ ਹੋ ਸਕਦੀ ਪੱਕੀ ਉਹਨੂੰ ਹੀ ਆਪਾਂ ਆਂਸਰ ਸਹੀ ਕਵਾਂਗੇ ਤੀਜਾ ਹੈਗਾ ਐਮ ਇਜ਼ ਬ੍ਰਦਰ ਆਫ ਬੀ ਹੁਣ ਕਹਿੰਦਾ ਐਮ ਬੀ ਦਾ ਬ੍ਰਦਰ ਇਹ ਹੋ ਸਕਦਾ ਕਿਵੇਂ ਦੇਖੋ ਐਮ ਐਨ ਦਾ ਬ੍ਰਦਰ ਹੈ ਠੀਕ ਹੈ ਹੁਣ ਐਨ ਦਾ ਭਰਾ ਬੀ ਵੀ ਹੈ ਤਾਂ ਇਸਦਾ ਮਤਲਬ ਐਮ ਤੇ ਬੀ ਐਮ ਬੀ ਦਾ ਵੀ ਤਾਂ ਭਰਾ ਹੋ ਗਿਆ ਜਿਵੇਂ ਮੇਰਾ ਭਰਾ ਇੱਕ ਹੈਗਾ ਏ ਮੰਨ ਲਓ ਠੀਕ ਹੈ ਹੁਣ ਏ ਕਿਸੇ ਹੋਰ ਦਾ ਵੀ ਭਰਾ ਹੈ ਤਾਂ ਮੈਂ ਏ ਮੈਂ ਮਤਲਬ ਦੇਖੋ ਕਹਿੰਦਾ ਐਮ ਐਨ ਦਾ ਭਰਾ ਹੈ ਠੀਕ ਹੈ ਤੇ ਐਨ ਦਾ ਭਰਾ ਬੀ ਵੀ ਹੈ ਜੇ ਆਪਾਂ ਇਹਨੂੰ ਐਵੇਂ ਦਿਖਾਈਏ ਆ ਐਨ ਹੈ ਠੀਕ ਹੈ ਜੀ ਮੰਨ ਲਓ ਇਹ ਕੁੜੀ ਹੈ ਆਪਾਂ ਇੱਕ ਵਾਰ ਕਹਿ ਦਈਏ ਕਿ ਕੁੜੀ ਹੈ ਹੁਣ ਇਹਦਾ ਭਰਾ ਐਮ ਵੀ ਹੈ ਤੇ ਇਹਦਾ ਭਰਾ ਬੀ ਵੀ ਹੈ ਇਹ ਦੋਵੇਂ ਭਰਾ ਹੈ ਇਹ ਕਨਫਰਮ ਹੈ ਕਿ ਇਹ ਦੋਵੇਂ ਮੁੰਡੇ ਹੈ ਠੀਕ ਹੈ ਜੀ ਤਾਂ ਇਸਦਾ ਮਤਲਬ ਫਿਰ ਇਹ ਆਪਸ ਵਿੱਚ ਵੀ ਤਾਂ ਭਰਾ ਹੀ ਹੋਏ ਨਾ ਤਾਂ ਇਸਦਾ ਮਤਲਬ ਇੱਥੋਂ ਇਹ ਕਨਫਰਮ ਹੈ ਕਿ ਐਮ ਇਜ਼ ਬ੍ਰਦਰ ਆਫ ਬੀ ਯਾਨੀ ਕਿ ਆਂਸਰ ਆ ਗਿਆ ਆਪਸ਼ਨ ਨੰਬਰ ਸੀ ਠੀਕ ਹੈ ਜੀ ਹੁਣ ਇੱਕ ਵਾਰ ਡੀ ਆਪਸ਼ਨ ਵੀ ਦੇਖ ਲਈਏ ਡੀ ਇਜ਼ ਬ੍ਰਦਰ ਆਫ ਐਮ ਡੀ ਐਮ ਦਾ ਬ੍ਰਦਰ ਹੋ ਸਕਦਾ ਨਹੀਂ ਕਹਿ ਸਕਦੇ ਕਿਉਂਕਿ ਐਮ ਡੀ ਦਾ ਬ੍ਰਦਰ ਹੈਗਾ ਪਰ ਡੀ ਮੁੰਡਾ ਕਿ ਕੁੜੀ ਆਪਾਂ ਨੂੰ ਨਹੀਂ ਪਤਾ ਚੱਲ ਰਿਹਾ ਤਾਂ ਇਹ ਵੀ ਇਨਫੋਰਮੇਸ਼ਨ ਆਪਣੀ ਨਹੀਂ ਹੈ ਇਸਦਾ ਮਤਲਬ ਕੱਲੀ ਕਿਹੜਾ ਆਂਸਰ ਪੱਕਾ ਸਹੀ ਹੈ ਸੀ ਆਪਸ਼ਨ ਐਮ ਇਜ਼ ਬ੍ਰਦਰ ਆਫ ਬੀ ਠੀਕ ਹੈ ਜੀ ਅਗਲਾ ਕੁਐਸਚਨ ਹੈ ਕਹਿੰਦੇ ਕਿਊਜ਼ ਮਦਰ ਇਜ਼ ਸਿਸਟਰ ਆਫ ਪੀ ਐਂਡ ਡਾਟਰ ਆਫ ਐਮ ਕਹਿੰਦਾ ਕਿਊ ਦੀ ਮਾਂ ਪੀ ਦੀ ਭੈਣ ਹੈ
ਤੇ ਐਮ ਦੀ ਕੀ ਹੈ ਬੇਟੀ ਡਾਟਰ ਐਸ ਇਜ਼ ਡਾਟਰ ਆਫ ਪੀ ਐਸ ਪੀ ਦੀ ਕੀ ਹੈ ਬੇਟੀ ਐਂਡ ਸਿਸਟਰ ਆਫ ਟੀ ਟੀ ਦੀ ਕੀ ਹੈ ਭੈਣ ਹਾਓ ਇਜ਼ ਐਮ ਰਿਲੇਟਿਡ ਟੂ ਟੀ ਠੀਕ ਹੈ ਜੀ ਹੁਣ ਆਪਾਂ ਮੇਨ ਕਰੈਕਟਰ ਹੈ ਕਿਊ ਤਾਂ ਪਹਿਲਾਂ ਕਿਊ ਤੋਂ ਸ਼ੁਰੂ ਕਰ ਲਿਆ ਕਹਿੰਦਾ ਕਿਊਜ਼ ਮਦਰ ਕਿਊ ਦੀ ਮਾਂ ਤਾਰਿਆ ਕਿਊ ਦੀ ਮਾਂ ਲਿਖਤੀ ਅੱਗੇ ਕਹਿੰਦਾ ਕਿਊ ਦੀ ਮਾਂ ਇਜ਼ ਸਿਸਟਰ ਆਫ ਪੀ ਕਹਿੰਦਾ ਪੀ ਦੀ ਕੀ ਹੈ ਸਿਸਟਰ ਯਾਨੀ ਕਿ ਪੀ ਤੇ ਉਹ ਸੇਮ ਜਨਰੇਸ਼ਨ ਦੇ ਲਿਖ ਲਏ ਪੀਜ਼ ਸਿਸਟਰ ਐਂਡ ਡਾਟਰ ਆਫ ਐਮ ਤੇ ਕਿਊ ਦੀ ਮਾਂ ਪੀ ਦੀ ਤਾਂ ਭੈਣ ਹੈ ਪਰ ਕਿੰਦੀ ਬੇਟੀ ਹੈ ਐਮ ਦੀ ਯਾਨੀ ਕਿ ਇਸ ਤੋਂ ਵੀ ਉੱਪਰ ਚੱਲੇ ਐਮ ਇਹ ਕੀ ਹੈ ਡਾਟਰ ਯਾਨੀ ਕਿ ਐਮ ਕੀ ਹੋ ਗਈ ਇਹਦੀ ਮਾਂ ਠੀਕ ਹੈ ਜੀ ਕਿਊ ਦੀ ਕੀ ਹੋ ਗਈ ਐਮ ਨਾਨੀ ਜਾਂ ਨਾਨਾ ਇੱਕ ਚੀਜ਼ ਹੋਊਗਾ ਕਿਊ ਦੀ ਮਾਂ ਆ ਰਹੀ ਠੀਕ ਹੈ ਮਾਂ ਦੀ ਅੱਗੇ ਮਾਂ ਐਮ ਹੈ ਹੁਣ ਐਮ ਕਿਊ ਦੀ ਕੀ ਹੈ ਆਪਾਂ ਨੂੰ ਜਿੰਨੀ ਕੁ ਇਨਫੋਰਮੇਸ਼ਨ ਦਿੱਤੀ ਹੈ ਉਹਦੇ ਚੋਂ ਇਹ ਨਹੀਂ ਪਤਾ ਚੱਲ ਰਿਹਾ ਕਿ ਐਮ ਮੁੰਡਾ ਹੈ ਕਿ ਕੁੜੀ ਉਸ ਹਿਸਾਬ ਨਾਲ ਐਮ ਦਾ ਰਿਸ਼ਤਾ ਕਿਊ ਨਾਲ ਨਾਨਾ ਜਾਂ ਨਾਨੀ ਵਾਲਾ ਠੀਕ ਹੈ ਜੀ ਅੱਗੇ ਚੱਲੀਏ ਹੁਣ ਕਹਿੰਦਾ ਐਸ ਇਜ਼ ਡਾਟਰ ਆਫ ਪੀ ਕਹਿੰਦਾ ਐਸ ਜਿਹੜਾ ਹੈਗਾ ਉਹ ਪੀ ਦੀ ਡਾਟਰ ਹੈ ਯਾਨੀ ਕਿ ਪੀ ਦੀ ਅੱਗੇ ਬੇਟੀ ਉਹਦਾ ਨਾਮ ਕੀ ਹੈ ਐਸ ਐਂਡ ਸਿਸਟਰ ਆਫ ਟੀ ਤੇ ਐਸ ਅੱਗੇ ਟੀ ਦੀ ਕੀ ਹੈ ਸਿਸਟਰ ਕਹਿੰਦਾ ਐਸ ਪੀ ਦੀ ਬੇਟੀ ਹੈ ਯਾਨੀ ਕਿ ਕੁੜੀ ਹੋ ਗਈ ਤੇ ਅੱਗੇ ਟੀ ਦੀ ਭੈਣ ਹੈ ਹੁਣ ਇਸਦਾ ਮਤਲਬ ਟੀ ਵੀ ਪੀ ਦਾ ਬੱਚਾ ਹੈ ਮੁੰਡਾ ਕਿ ਕੁੜੀ ਇਹ ਨਹੀਂ ਪਤਾ ਚੱਲਿਆ ਪਰ ਟੀ ਪੀ ਦਾ ਬੱਚਾ ਹੈ ਕਿਉਂ ਕਿਉਂਕਿ ਦੋਵੇਂ ਭੈਣ ਹੈ ਕਿਉਂਕਿ ਐਸ ਟੀ ਦੀ ਕੀ ਹੈ ਭੈਣ ਠੀਕ ਹੈ ਜੀ ਹੁਣ ਕੁਐਸਚਨ ਕੀ ਹੈ ਹਾਓ ਇਜ਼ ਐਮ ਰਿਲੇਟਿਡ ਟੂ ਟੀ ਕਹਿੰਦਾ ਐਮ ਟੀ ਨਾਲ ਕਿਵੇਂ ਸੰਬੰਧ ਹੈ ਦੇਖੋ ਐਮ ਦੀਆਂ ਦੋ ਬੇਟੀਆਂ ਹੋ ਗਈਆਂ ਇੱਕ ਤਾਂ ਕਿਊ ਦੀ ਮਾਂ ਇੱਕ ਜਿਹੜੀ ਮਾਂ ਦੀ ਭੈਣ ਸੀ ਪੀ ਇਹ ਵੀ ਤਾਂ ਐਮ ਦੀ ਬੇਟੀ ਹੋ ਗਈ ਠੀਕ ਹੈ ਜੇ ਬੇਟੀ ਹੋ ਗਈ ਤੇ ਇਹਦਾ ਬੱਚਾ ਟੀ ਉਹ ਵੀ ਤਾਂ ਐਮ ਦਾ ਕੀ ਹੋਇਆ ਬੇਟੀ ਦਾ ਬੇਟਾ ਯਾਨੀ ਕਿ ਦੋਤਾ ਜਾਂ ਦੋਤੀ ਹੋਈ ਤੇ ਹੁਣ ਐਮ ਪਹਿਲਾਂ ਪੁੱਛਿਆ ਐਮ ਟੀ ਦੀ ਕੀ ਹੋਈ ਨਾਨਾ ਜਾਂ ਨਾਨੀ ਦੋਵਾਂ ਚ ਇੱਕ ਚੀਜ਼ ਹੋਊਗੀ ਇੰਨੀ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਜਿੱਥੋਂ ਆਪਾਂ ਇਹ ਕਨਫਰਮ ਕਰ ਸਕੀਏ ਕਿ ਮੁੰਡਾ ਕਿ ਕੁੜੀ ਜੇ ਕੁੜੀ ਹੁੰਦਾ ਤਾਂ ਨਾਨੀ ਬਣਦੀ ਜੇ ਮੁੰਡਾ ਹੁੰਦਾ ਤਾਂ ਨਾਨਾ ਬਣਦਾ ਪਰ ਹੁਣ ਆਪਾਂ ਨੂੰ ਨਹੀਂ ਪਤਾ ਤਾਂ ਆਨਸਰ ਕੀ ਆਊਗਾ ਗ੍ਰੈਂਡਮਦਰ ਫਾਦਰ ਗ੍ਰੈਂਡਫਾਦਰ ਜਾਂ ਨਨ ਤਾਂ ਆਨਸਰ ਕੀ ਆਊਗਾ ਡੀ ਆਪਸ਼ਨ ਨਨ ਕਿਉਂਕਿ ਇਹਨਾਂ ਚ ਆਪਾਂ ਨੂੰ ਗ੍ਰੈਂਡ ਫਾਦਰ ਜਾਂ ਗ੍ਰੈਂਡ ਮਦਰ ਪੱਕਾ ਨਹੀਂ ਹੈ ਕਿਉਂਕਿ ਆਪਾਂ ਨੂੰ ਇਹਦੇ ਬਾਰੇ ਨਹੀਂ ਪਤਾ ਮੁੰਡਾ ਕੁੜੀ ਬਾਰੇ ਤਾਂ ਆਨਸਰ ਕੀ ਆਊਗਾ ਡੀ ਆਪਸ਼ਨ ਨਨ ਠੀਕ ਹੈ ਜੀ ਚੌਥਾ ਕੁਐਸਚਨ ਹੈ ਕਹਿੰਦੇ ਪੀ ਪਲੱਸ ਕਿਊ ਪੀ ਇਜ਼ ਹਸਬੈਂਡ ਆਫ ਕਿਊ ਯਾਨੀ ਕਿ ਪੀ ਇਜ਼ ਹਸਬੈਂਡ ਆਫ ਕਿਊ ਮਤਲਬ ਜਦੋਂ ਦੋ ਨਾਮਾਂ ਚ ਪਲੱਸ ਦਾ ਨਿਸ਼ਾਨ ਆ ਗਿਆ ਤਾਂ ਉਹਨਾਂ ਚ ਕੀ ਰਿਸ਼ਤਾ ਹੋਊਗਾ ਪਹਿਲਾ ਦੂਜੇ ਦਾ ਕੀ ਹੋਊਗਾ ਹਸਬੈਂਡ ਪੀ ਡਿਵਾਈਡ ਕਿਊ ਜੇ ਵਿੱਚ ਭਾਗ ਦਾ ਨਿਸ਼ਾਨ ਆ ਗਿਆ ਤਾਂ ਕੀ ਰਿਸ਼ਤਾ ਹੋਊਗਾ ਪੀ ਸਿਸਟਰ ਆਫ ਕਿਊ ਯਾਨੀ ਕਿ ਪਹਿਲਾ ਦੂਜੇ ਦੀ ਕੀ ਹੋਊਗੀ ਭੈਣ ਪੀ ਮਲਟੀਪਲਾਈ ਕਿਊ ਮਲਟੀਪਲਾਈ ਦਾ ਮਤਲਬ ਕੀ ਹੈ ਪੀ ਇਜ਼ ਸਨ ਆਫ ਕਿਊ ਯਾਨੀ ਕਿ ਪਹਿਲਾ ਦੂਜੇ ਦਾ ਕੀ ਹੈ ਭਰਾ ਹੁਣ ਕੁਐਸਚਨ ਕੀ ਹੈ ਵਿਚ ਆਫ ਦਾ ਫੋਲੋਇੰਗ ਸ਼ੋਜ਼ ਪੀ ਇਜ਼ ਡਾਟਰ ਆਫ ਕਿਊ ਤਾਂ ਪਹਿਲੇ ਤੋਂ ਸ਼ੁਰੂ ਕਰੀਏ ਆਰ ਗੁਣਾ ਕਿਊ ਡਿਵਾਈਡਿਡ ਬਾਈ ਪੀ ਕੀ ਹੈ ਇਹ ਪਹਿਲੇ ਸਵਾਲ ਵਰਗਾ ਹੀ ਹੈ ਆਰ ਤੇ ਕਿਊ ਚ ਪਹਿਲਾਂ ਦੇਖੀਏ ਮਲਟੀਪਲਾਈ ਹੈ ਉਹਦਾ ਮਤਲਬ ਕੀ ਹੈ ਪੀ ਇਜ਼ ਸਨ ਆਫ ਕਿਊ ਯਾਨੀ ਕਿ ਆਰ ਕਿਊ ਦਾ ਕੀ ਹੈ ਬੇਟਾ ਠੀਕ ਹੈ ਜੀ ਹੁਣ ਅੱਗੇ ਕਿਊ ਡਿਵਾਈਡਿਡ ਬਾਈ ਪੀ ਹੈ ਤਾਂ ਡਿਵਾਈਡ ਦਾ ਮਤਲਬ ਕੀ ਹੈ ਕਿ ਪੀ ਸਿਸਟਰ ਆਫ ਕਿਊ ਯਾਨੀ ਕਿ ਕਿਊ ਪੀ ਦੀ ਕੀ ਹੈ ਸਿਸਟਰ ਤੇ ਆਪਾਂ ਪੀ ਤੇ ਕਿਊ ਚ ਡਾਟਰ ਦਾ ਰਿਸ਼ਤਾ ਦੇਖਣਾ ਤੇ ਤਾਂ ਸਿਸਟਰ ਦਾ ਫਿਰ ਇਹ ਡਾਟਰ ਵਾਲਾ ਰਿਸ਼ਤਾ ਨਹੀਂ ਬਣ ਸਕਦਾ ਯਾਨੀ ਕਿ ਪਹਿਲੀ ਆਪਸ਼ਨ ਗਲਤ ਦੂਜੀ ਚੱਲੀਏ ਕਿਊ ਪਲੱਸ ਆਰ ਗੁਣਾ ਪੀ ਠੀਕ ਹੈ ਜੀ ਪਹਿਲਾਂ ਕਿਊ ਪਲੱਸ ਆਰ ਦਾ ਮਤਲਬ ਕੀ ਹੈ ਕਿ ਪਹਿਲਾ ਦੂਜੇ ਦਾ ਹਸਬੈਂਡ ਯਾਨੀ ਕਿ ਕਿਊ ਆਰ ਦਾ ਕੀ ਹੈ ਹਸਬੈਂਡ ਜੇ ਹਸਬੈਂਡ ਹੈ ਤਾਂ ਆਰ ਕੀ ਹੋਗੀ ਵਾਈਫ ਕਿਊ ਹਸਬੈਂਡ ਹੋ ਗਿਆ ਆਰ ਕੀ ਹੋਗੀ ਵਾਈਫ ਹੁਣ ਆਰ ਦਾ ਪੀ ਨਾਲ ਕੀ ਰਿਸ਼ਤਾ ਹੈਗਾ ਮਲਟੀਪਲਾਈ ਹੈ ਯਾਨੀ ਕਿ ਪੀ ਇਜ਼ ਸਨ ਆਫ ਕਿਊ ਯਾਨੀ ਕਿ ਆਰ ਜਿਹੜਾ ਹੈਗਾ ਉਹ ਸਨ ਹੈ ਪੀ ਦਾ ਤੇ ਗਲਤ ਹੋ ਗਿਆ ਇਹ ਤਾਂ ਗੱਲ ਹੀ ਗਲਤ ਬਣ ਗਈ ਕਿਉਂ
क्यों पी दा की है, क्यों आर दा की है हस्बैंड, उस हिसाब नाल आर तां इक औरत होगी वाइफ होगी। हुण अगे कही ने कि आर बेटा है पी दा, तां फिर इत्थे गड़बड़ होगी, इह गल ही गलत होगी, तां इसदा मतलब अपनी बी ऑप्शन की है गलत। सी दा आपां कुछ चैक करन लई है ही नहीं, हुण डी चैक करिए। पी डिवाइडेड बाय एस मल्टीप्लाई क्यों, पहला पी डिवाइडेड एस दा मतलब की है पी क्यू दी की है भैन, यानी कि पी एस दी की होगी सिस्टर, पी भैन है एस दी। हुण एस दा क्यू नाल रिश्ता देखना है, गुणा है, पी इज सन ऑफ क्यू, यानी कि एस सन है क्यू दा। हुण की बनिया, पी भैन है एस दी, एस बेटा है क्यू दा, यानी कि क्यू माता या पिता होगा, तां फिर जे एस दी भैन पी है ते एस इहदा बेटा, तो इसका मतलब पी जी हुई इन्हों की बेटी हुई, चाहे हसबैंड है चाहे वाइफ है चाहे माता पिता है। माता पिता के दो बच्चे हो गए, बच्चा मुंडा एस हो गया, तो बेटी की होगी पी। ठीक है, तो इतो यही सही ऑप्शन है डी ऑप्शन, जेड़ा आपां नूं दस रहा है कि पी इज डॉटर ऑफ क्यू, की रिश्ता है पी डिवाइड एस मल्टीप्लाई क्यू। ठीक है जी, पंजवां क्वेश्चन है, कहिंदे ए प्लस बी का मतलब की है कि ए बेटा है बी का, ए माइनस बी का मतलब की है कि ए वाइफ है बी की, ए मल्टीप्लाई का मतलब की है कि ए ब्रदर है बी का, डिवाइड का मतलब मदर, ते बराबर का निशान है इनका मतलब है कि सिस्टर। हुण आ दो हिस्से दो पार्ट दिते है क्वेश्चन दे, देखते हैं की। ठीक है जी, पहला क्वेश्चन है What does P बराबर R plus Q means? आपां नूं रिश्ता दस्सिया कि जे प्लस है तां बेटा है, जे माइनस है तां पत्नी है वाइफ, जे मल्टीप्लाई है तां भरा है, जे डिवाइड है तां मां है, जे बराबर दा निशान है तां सिस्टर। हुण पहला इस रिश्ते दा आपां देखिए कि की बनता है। P बराबर R है, P बराबर R दा मतलब P R दा की होया, बराबर दे निशान वाले रिश्ता की है कि पहला दूजे दी की है भैन, यानी कि पी सिस्टर होगी आर दी। प्लस अगे आर ते क्यू च प्लस है, ते प्लस दा मतलब की है कि ए इज सन ऑफ बी, यानी कि आर जेड़ा है गया, की क्यू दा की है सन है, पी भैन है आर दी, आर बेटा है गया क्यू दा। ते हुण फिर पी आ क्यू दा की बनिया, देखो इत पी ते क्यू दे विच रिश्ता दस्या सारी ऑप्शंस ची, तां हुण पी भैन है आर दी, आर बेटा है गया क्यू दा, यानी कि पी क्यू दी की होगी बेटी होगी, यानी कि पी इज डॉटर ऑफ क्यू, यानी कि ऑप्शन नंबर बी, पी इज डॉटर ऑफ क्यू। ठीक है जी, अगला पी मल्टीप्लाई आर डिवाइडेड क्यू, इंदा देखिए हुण पहला मल्टीप्लाई दा मतलब की है, मल्टीप्लाई का मतलब है कि ए इज ब्रदर ऑफ बी, यानी कि पी आर का की हो गया ब्रदर हो गया। ठीक है जी, अगे आर डिवाइडेड क्यू है, तो डिवाइड का मतलब की है कि ए इज मदर ऑफ क्यू, यानी कि आर जेड़ा हैगा वो मदर हैगी है किंदी क्यू दी। हुण रिश्ता दस्या आपां नूं पी ते क्यू दे विच, पी भरा हैगा आर दा, आर मां हैगी है क्यू दी, यानी कि फिर क्यू ते पी च की रिश्ता हो गया, क्यू पी दा की हो गया भतीजा, पी क्यू दा की हो गया मामा, भैन दा मुंडा क्यू है, तां फिर पी मामा होया क्यू दा। हुण पी इज ब्रदर ऑफ क्यू, नहीं, पी इज फादर ऑफ क्यू, नहीं, पी इज अंकल ऑफ क्यू, वैसे तां मटरनल अंकल बनदा मामा, पर उन्हें इतने मटरनल अंकल नहीं दिता, तो आही आंसर आऊगा पी इज अंकल ऑफ क्यू, सी ऑप्शन। हुण डी ऑप्शन देखो, पी इज नेफ्यू ऑफ क्यू, नहीं, नेफ्यू क्यू है, क्यू इज नेफ्यू ऑफ पी हुंदा तां सही सी कि क्यू भतीजा पी दा, पर पी की है मामा, इसका मतलब पी इज अंकल ऑफ क्यू भी सही ऑप्शन है। बच्चे ज्यादातर इदां दे क्वेश्चनां विच कंफ्यूज हो जांदे कि मामा भतीजे च कि पहला किंदा है, पहला अखर जेड़ा लिखे ओह की बनदा है, ओही आपां रिश्ता देखना हुंदा। ठीक है जी, तां इह सी साडी अज दी NMMS सीरीज दे अंडर ब्लड रिलेशंस टाइप 3 दा पार्ट
टू। मैनू उम्मीद है कि तुहानू चंगी तरह समझ आ गया होगा। हुण अज तक असीं जो भी ब्लड रिलेशन की टाइप्स कीतियां है, क्वेश्चन्स कीतियां है, तुसीं चंगी तरह उहनू समझ लिया होएगा, कोई क्वेरी या कोई प्रॉब्लम नहीं रही होगी। फिर भी क्वेश्चन सॉल्व करदे करदे जे कोई प्रॉब्लम है तां सानूं कमेंट्स च जरूर दसो। जाण तों पहलां प्लीज प्लीज इस चैनल नूं सबसक्राइब करना ना भुल्लो, इस वीडियो नूं लाइक एंड शेयर करना ना भुल्लो। तुहाडी इक सबसक्रिप्शन, बस इक सबसक्रिप्शन सानूं बहुत मोटिवेशन दिंदी है। थैंक यू, हैव ए नाइस डे।